ਕਿ ਜਿਹੜਾ ਉਪਜੇ ਇੱਕ ਦਿਨ ਵਿਣਸੇਗਾ, ਜਿਹੜਾ ਘੜਿਆ ਇੱਕ ਦਿਨ ਭੱਜੇਗਾ, ਜਿਹੜਾ ਜੰਮੇ ਇੱਕ ਦਿਨ ਮਰੇਗਾ। ਭਾਵ ਜੋ ਵੀ ਸੰਸਾਰ ਦੇ ਵਿੱਚ ਆਇਆ ਨਾ, ਉਹਨੇ ਸੰਸਾਰ ਤੋਂ ਇੱਕ ਨਾ ਇੱਕ ਦਿਨ ਪਰਲੋਕ ਗਮਨ ਕਰ ਜਾਣਾ। ਕਿਉਂਕਿ ਤਿੰਨ ਅਵਸਥਾਵਾਂ ਦਾ ਜ਼ਿਕਰ ਕੀਤਾ ਮੇਰੇ ਸਤਿਗੁਰੂ ਜੀ ਮਹਾਰਾਜ ਨੇ ਬਾਣੀ ਦੇ ਅੰਦਰ, ਬਾਲ ਜਵਾਨੀ ਔਰ ਬਿਰਧ ਫੁਨ, ਤਿੰਨ ਅਵਸਥਾ ਜਾਂ ਬਚਪਨ, ਜਵਾਨੀ ਤੇ ਬੁਢੇਪਾ। ਹੁਣ ਬਚਪਨ ਦੇ ਵਿੱਚ ਬੰਦੇ ਨੂੰ ਆਸੂ ਘਰ ਦੇ ਨਾਲ ਜੁੜੇ ਸਨ ਤੇ ਇਸਤਰੀ ਸਭਾ ਕਰਤਾਰ ਨਗਰ ਜੋ ਗੁਰਦੁਆਰਾ ਸਿੰਘ ਸਭਾ ਹੈ ਉੱਥੋਂ ਦੇ ਬੀਬੀਆਂ ਦੇ ਮੈਂਬਰ ਵੀ ਸਨ। ਗੁਰੂ ਘਰ ਦੇ ਨਾਲ ਜੁੜੇ, ਆਪ ਬਾਣੀ ਪੜ੍ਹਨੀ, ਆਪ ਸਹਿਜ ਪਾਠ ਕਰਨਾ। ਕਹਿੰਦੇ ਸਹਿਜ ਪਾਠ ਕੀਤਾ ਸੀ, ਮੱਧ ਦੇ ਵਿੱਚ ਆਇਆ ਸੀ, ਉਸ ਤੋਂ ਬਾਅਦ ਅਕਾਲ ਚਲਾਣਾ ਵੀ ਕਰਕੇ ਕੁਝ ਸੱਦਾ ਆ ਗਿਆ ਪਰਮਾਤਮਾ। ਜਦੋਂ ਪਰਮਾਤਮਾ ਦਾ ਸੱਦਾ ਆਵੇ ਨਾ, ਸਾਧ ਸੰਗਤ ਦੀ ਗੁਰਮੁਖ ਪਿਆਰੇ ਲੁੱਡੀਆਂ ਪਾਉਂਦੀਆਂ ਹੋਏ ਜਾਂਦੇ ਨੇ, ਲੁੱਡੀਆਂ ਪਾਉਂਦੇ ਆ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਬਾਣੀ ਚਾਰਨ ਕੀਤੀ ਹੈ ਨਾ, ਯਾਦ ਰੱਖਣਾ ਬਚਨ ਨੇ ਗੁਰੂ ਅਮਰਦਾਸ ਮਹਾਰਾਜ ਦੇ ਕਲਮ ਬੰਦ ਕੀਤੇ ਨੇ, ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਰਾਮ ਕਲੀ ਸਾਹਿਬ। ਆਪਾਂ ਪੜ੍ਹਦੇ ਹਾਂ ਨਾ, ਜਦੋਂ ਪੁਰਾਣੀ ਚੜ੍ਹਾਈ ਕਰ ਜਾਵੇ, ਸ੍ਰੀ ਖੰਡਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਂਦਾ, ਵਰਤ ਰਾਮ ਕਲੀ ਸਾਹਿਬ ਪੜ੍ਹੀ ਜਾਂਦੀ। ਕਹਿ ਸੁੰਦਰ ਸੁਣੋ ਸੰਤੋ ਸਬਜਤ ਪੈਰੀ ਪਾਏ ਜੀ, ਬਾਬਾ ਸੁੰਦਰ ਜੀ ਦਾ ਨਾਮ ਆਇਆ ਨਾ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਰੇ ਨੇ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਲਮ ਬੰਦ ਕੀਤੇ ਨੇ ਬਾਬਾ ਸੁੰਦਰ ਜੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਹਫ਼ਤਾ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡਾ ਸਮਾਂ ਆ ਗਿਆ, ਇੱਕ ਹਫ਼ਤੇ ਬਾਅਦ ਇਹਨਾਂ ਨੇ ਸੰਸਕ੍ਰਿਤਾ ਨਾਨਕ ਤੇ ਮੁਖ ਚਲੇ ਤੇ ਛੁਟੇ ਜਿਨੇ ਨਾਮ ਤੇ ਆਇਆ ਦੇ ਮਸ਼ਕਤ ਕਾਲ ਨਾਨਕ ਤੇ ਮੁਖ ਚਲੇ ਤੇ ਛੁਟੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਠਾ ਸੁਣੀ ਤੁਮਰੈ ਸੁਤਰ ਤੁਈ ਤੁਧਿਆ ਗਏ ਅਰਦਾਸ ਮਾਰੀ ਜੀਓ ਪਿੰਡ ਸਭ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਰਾਮ ਦੱਸੈ ਵੈਸਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਅਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਜਿਆ ਤੇਰੀ ਲਿਖਿਆ ਤੇਵਾ ਹੁਕਮ ਕਮਾਹੇ ਕਲਿਆ ਵੈ ਨਾਨਕਾ ਸਦੇ ਉੱਠੀ ਜਾਏ ਦੇ ਮਾਂ ਬਾਪਾਂ ਸਾਰਾ ਜੀ ਦਰਕਰ ਦੇ ਚਰਨ ਸੇਵਕ ਬੀਬੀ ਸਵਰਨਜੀਤ ਕੌਰ ਜੀ ਇਸ ਸੰਸਾਰ ਦੇ ਵਿੱਚ ਆਏ ਜਿੰਨੀ ਕੁ ਆਈ ਅੱਜ ਨੇ ਬਖਸ਼ਿਸ਼ ਕੀਤੀ ਅੱਜ ਦੇ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆ ਬੀਬੀ ਸਵਰਨਜੀਤ ਕੌਰ ਜੀ ਨੇ ਸੰਸਾਰ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕੀਤਾ। ਉਹਨਾਂ ਦੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਸੇਵਕ ਪਰਿਵਾਰ ਵੱਲੋਂ ਗ੍ਰਹਿ ਵਿਖੇ ਰੱਖੇ ਸ੍ਰੀ ਸਹਿਜ ਪਾਠ ਦੀ ਸਮਾਪਤੀ ਕਰਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਕਿਆ ਪੜੀਆ ਕਿਆ ਸੁਣੀਆ ਕਿਆ ਵੇਦ ਪੁਰਾਣਾ ਸੁਣੀਆ ਕਿਆ ਪੜੀਆ ਕਿਆ ਸੁਣੀਆ ਕਿਆ ਵੇਦ ਪੁਰਾਣਾ ਸੁਣੀਆ ਪੜੇ ਸੁਣੇ ਕਿਆ ਹੋਏ ਜੋ ਸਹਿਜ ਨ ਮਿਲਿਓ ਸੋਈ ਹਰ ਕਾ ਨਾਮ ਨ ਜਪ ਸਗਵਾਰਾ ਮਨ ਮਾਨੇ ਲੋਕ ਨਾ ਪਤੀਜਾ ਨਾ ਪਤੀਜਾ ਤੋ ਕਿਆ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਵਰਗੀ ਮਾਤਾ ਸਵਰਨਜੀਤ ਕੌਰ ਦੀ ਆਤਮਿਕ ਕਲਿਆਣ ਦੇ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਇਕੱਤਰ ਹੋਏ ਹਾਂ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸਵਰਨ ਕੌਰ ਜੀ, ਜੋ ਕਿ ਇਸ ਤਰੀਕੇ ਨਾਲ ਚਲੇ ਗਏ ਕਿ ਗੁਰਬਾਣੀ ਵਿੱਚ ਦਰਜਾ ਖਰੀਦਾ ਦਰਿਆਵੇ ਕਿੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇ ਦੇ ਅੰਗ ਨੂੰ
ਅਚਿੰਤੇ ਬਾਜਪਾਈ ਬਾਜਪਾਈ ਤੇ ਸਰਬ ਦੇ ਕੇਲਾ ਵਿਸਰੀਆਂ ਜੋ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਕਰਦੀ। ਜਿਸ ਤਰ੍ਹਾਂ ਤੁਹਾਨੂੰ ਪਤਾ ਇਲੈਕਸ਼ਨ ਦਾ ਦੌਰ ਹੈ, ਅਸੀਂ ਡੋਰ ਟੂ ਡੋਰ ਕਰ ਰਹੇ ਹਾਂ। ਸਰਿੰਦਰਜੀਤ ਸਿੰਘ ਜੀ ਗਿੱਲ ਸਾਡੇ ਨਾਲ, ਤੁਹਾਡਾ ਇੱਕ ਇੱਕ ਕਦਮ ਚੱਲ ਗਿਆ ਪਰਿਵਾਰ ਦੇ ਸਿਰ ਮੱਥੇ, ਪਰਿਵਾਰ ਤੁਹਾਡਾ ਰਿਣੀ ਰਹੇਗਾ। ਤੁਸੀਂ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਲਾ ਕੇ ਦੁੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਂ ਜਿੱਥੇ ਆਪਣੇ ਵੱਲੋਂ ਉੱਥੇ ਸਮੂਹ ਵਾਰਡ ਨੰਬਰ 49 ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਆਇਆ ਕਹਿੰਦਾ, ਜਿੱਥੇ ਤੁਹਾਨੂੰ ਜੀ ਆਇਆ ਕਹਿੰਦਾ ਉੱਥੇ ਧੰਨਵਾਦ ਵੀ ਕਰਦਾ। ਇਸ ਤਰ੍ਹਾਂ ਕਹਿੰਦੇ ਹੋਏ ਇੱਕ ਵਾਰੀ ਫਿਰ ਸਮੂਹ ਸਾਧ ਸੰਗਤ ਦਾ ਕੋਟਾਂ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਕੀਰਤਨ ਆਰੰਭ ਹੈ। ਬੇਨਤੀ ਹੈ ਸਾਰੀ ਸੰਗਤ ਨੂੰ ਕਿ ਦਰਬਾਰ ਵਿੱਚ ਬੈਠਣ ਦੀ ਕਿਰਪਾਲਤਾ ਕਰਨ ਦੀ। ਜੀ ਅੜਿਆ
Thank you.
Thank you.
Yeah.
वाहेगुरु जी की
ਫਤਿਹ ਰਾਮਦਾਸੈ ਵੈਸਾਏ ਅਰਜਨ ਹਰ ਗੋਬਿੰਦ ਨਾਥ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦਇਆ ਚੋਂ ਆਸ ਜਾਂਦੀਆਂ ਜਾਗੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਏ ਦੇਖ ਲਾਏ ਦੇਖ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਇਦਾਂ ਦੇ ਅੰਦਰ ਕੇ ਖਾਲਸਾ ਜੀ ਬਲਾ ਜੀ ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਨੂੰ ਬਿਰਦ ਕੇ ਪੈਰ ਬੰਦ ਕੇ ਦੇਸਰੇ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬਲਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਪ੍ਰਸਾਦਾਨ ਦਾਨਾ ਸਰਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੀ ਸੁਨਾਰ ਚੁੱਕਿਆ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਤਾਜੇਕਾਰ ਬੋਲੋ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪ੍ਰਤਾਪ ਨੇ ਪੰਥੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨ ਧਨ ਸਤਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤਾਂ ਪੰਥ ਨੂੰ ਵਿਛੋੜਿਆ ਗਿਆ ਪੁੰਨੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨੀਆਂ ਦੇ ਨਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਚਵਰੀ ਸ਼ਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਪਾਰ ਪਵਿੱਤਰ ਚਰਨਾ ਤੁਮਨਾ ਚਰਦਾਸ ਬੇਨਤੀ ਆਪ ਜੀ ਦਾ ਫਰਮਾਨ ਜਿਹਾ ਜਿਹੜੀ ਲਿਖਿਆ ਤੇਵਾ ਹੁਕਮ ਕਮਾਹੀ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਇ ਦੇ ਮਾਂ ਬਾਪ ਅਨੁਸਾਰ ਆਪ ਜੀ ਦਰਕਰ ਦੇ ਚਰਨ ਸੇਵਕ ਬੀਬੀ ਸਵਰਨਜੀਤ ਕੌਰ ਜੀ ਇਸ ਸੰਸਾਰ ਦੇ ਵਿੱਚ ਆਏ ਜਿੰਨੀ ਕੁਆਈ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆ ਬੀਬੀ ਸਵਰਨਜੀਤ ਕੌਰ ਜੀ ਨੇ ਸੰਸਾਰ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕੀਤਾ ਉਹਨਾਂ ਦੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਸੇਵਕ ਪਰਿਵਾਰ ਵੱਲੋਂ ਗ੍ਰਹਿ ਵਿਖੇ ਰੱਖੇ ਸ੍ਰੀ ਸਹਿਜ ਪਾਠ ਦੀ ਸਮਾਪਤੀ ਕਰਵਾਏ ਉਪਰੰਤ ਆਪ ਜੀ ਦੀ ਪਾਨ ਪਵਿੱਤਰ ਹਜ਼ੂਰੀ ਦੇ ਅੰਦਰ ਦੀਵਾਨ ਸਦੇ ਸਦੇ ਦੀਵਾਨਾਂ ਦੇ ਅੰਦਰ ਗੁਰਬਾਣੀ ਦਾ ਸ਼ਬਦ ਕੀਰਤਨ ਤਤਵਾ ਵਿਚਾਰਾ ਅਨੰਦ ਸਾਹਿਬ ਦੇ ਛੇ ਪੌੜੀਆਂ ਦੇ ਗਾਇਨ ਹੋਏ ਬਾਣੀ ਪੜ੍ਹਦਿਆਂ ਗੁਰਬਾਣੀ ਦਾ ਕੀਰਤਨ ਕਰਦਿਆਂ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਕਿਮਾ ਕਰੋ ਕੁਤੇ ਸ਼ੁੱਧ ਬਾਣੀ ਪੜ੍ਹਨ ਦੀ ਸਮਰੱਥਾ ਬਖਸ਼ਿਸ਼ ਕਰਨੀ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ ਗੁਰਦੁਆਰਾ ਸਾਹਿਬ ਮਨ ਮੁਰਾਦ ਸਾਹਿਬ ਪੱਖੋਵਾਲ ਰੋਡ ਗੁਰਦੁਆਰਾ ਸ਼ਹੀਦਾਂ ਮਾਡਲ ਟਾਊਨ ਬੀਬੀ ਭਾਨੀ ਭਲਾਈ ਕੇਂਦਰ ਆਦਿ ਧਾਰਮਿਕ ਸਥਾਨਾਂ ਦੇ ਵਾਸਤੇ ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਸਫਲੀ ਕਰਦਿਆਂ ਹੋਇਆਂ ਮਾਇਆ ਭੇਟ ਕੀਤੀ ਹੈ ਬੇਅੰਤਰ 10 ਮਿੰਟ ਮਾਇਆ ਹਾਜ਼ਰ ਕੀਤੀ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ ਘਰ ਬਚ ਵਾਧੀ ਬਖਸ਼ਣੀ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸੇਵਕ ਪਰਿਵਾਰ ਆਦਿ ਦੀ ਪਾਨ ਪਵਿੱਤਰ ਹਜ਼ੂਰੀ ਦੇ ਅੰਦਰ ਕੜਾ ਪ੍ਰਸ਼ਾਦ ਜੀ ਦੇ ਗਾਜਰ ਤਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਰੋਜੀ ਛਕੇ ਸਵਾਮ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਰੋ ਕਿਰਪਾ ਆਪਣਾ ਇਲਾਹੀ ਫਰਮਾਨ ਬਖਸ਼ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰੋ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੌਰਾ ਜਿਹਾ ਭਈ ਅਕਾਲ ਕੇ ਸਾਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਕਿਆ ਪੜੀਆ ਕਿਆ ਗੁਣੀਆ ਕਿਆ ਵੇਦ ਪੁਰਾਣਾ ਸੁਣਿਆ ਕਿਆ ਪੜੀਆ ਕਿਆ ਗੁਣੀਆ ਕਿਆ ਵੇਦ ਪੁਰਾਣਾ ਸੁਣਿਆ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪ ਸਦਵਾਰਾ ਕਿਆ ਸੋਚੈ ਬਾਰੰਬਾਰ ਅੰਧਿਆਰੇ ਦੀਪਕ ਚੜ੍ਹੀਆ ਇੱਕ ਬਸਤ ਅਗੋਚਰ ਲਹੀਆ ਬਸਤ ਅਗੋਚਰ ਪਾਏ ਕਟ ਦੀਪਕ ਰਿਆ ਸਮਾਏ
ਐ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਦ ਨਾ ਭਤੀਜਾ ਨਾ ਭਤੀਜਾ ਤੋ ਕਿਆ ਕੀਜਾ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮਾਨੇ ਲੋਕ ਨਾ ਭਤੀਜਾ ਨਾ ਭਤੀਜਾ ਤੋ ਕਿਆ ਕੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਵਰਗੀ ਮਾਤਾ ਸਰਨਜੀਤ ਕੌਰ ਦੀ ਆਤਮਿਕ ਕਲਿਆਣ ਦੇ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਇਕੱਤਰ ਹੋਏ ਹਾਂ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸਰਨ ਕੌਰ ਜੀ ਜੋ ਕਿ ਇਸ ਤਰੀਕੇ ਨਾਲ ਚਲੇ ਗਏ ਕਿ ਗੁਰਬਾਣੀ ਵਿੱਚ ਦਰਜਾ ਖਰੀਦਾ ਦਰਿਆਵੇ ਕਿੰਨੇ ਬਗਲਾ ਬੈਠਾ ਕੇਲ ਕਰੇ ਦੇ ਅੰਗ ਨੂੰ ਅਚਿੰਤੇ ਬਾਜ ਪਏ ਤੇ ਸਰਬ ਦੇ ਕੇਲਾ ਵਿਸਰੀਆਂ ਜੋ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਦੀ। ਜਿਸ ਤਰ੍ਹਾਂ ਤੁਹਾਨੂੰ ਪਤਾ ਇਲੈਕਸ਼ਨ ਦਾ ਦੌਰ ਹੈ, ਅਸੀਂ ਡੋਰ ਟੂ ਡੋਰ ਕਰ ਰਹੇ ਹਾਂ। ਸਰਿੰਦਰਜੀਤ ਸਿੰਘ ਜੀ ਗਿੱਲ ਸਾਡੇ ਨਾਲ ਸੀ, ਅਸੀਂ ਪੂਰਾ ਜੱਥਾ ਬਣਾ ਕੇ ਚੱਲ ਰਹੇ ਸੀ। ਆਪ ਬਾਹਰ ਆਏ, ਕਹਿੰਦੇ ਨੇ ਤਾਂ ਵੋਟਾਂ ਤੁਹਾਡੀਆਂ ਨੇ, ਮੈਂ ਸਰਦਾਰ ਜੀ ਨੂੰ ਭੇਜ ਦਿਆਂ। ਫਿਰ ਸਰਸੁਜੀਤ ਸਿੰਘ ਜੀ ਵੀ ਆਏ, ਪਰਿਵਾਰਿਕ ਸਾਂਝ ਹੈ। ਤਾਂ ਜਦ ਤੱਕ ਤੁਸੀਂ ਸਾਰੇ ਗੁਰਬਾਣੀ ਨੂੰ ਮੰਨਣ ਨੂੰ ਬੈਠੇ ਹੋ, ਸਾਰਿਆਂ ਦੇ ਸੂਝਵਾਨ ਹੋ, ਸਪਸ਼ਟ ਦਰਜਾ ਗੁਰਬਾਣੀ ਦੇ ਵਿੱਚ ਮਰਨ ਲਿਖਾਈ ਮੰਡਲ ਵੀ ਆਏ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਇਆ, ਜੋ ਆਇਆ ਉਹਨੇ ਜਾਣਾ। ਇੱਥੇ ਆ ਕੇ ਇੱਕ ਤਾਂ ਇਹ ਟਾਈਮ ਇਹੋ ਜਿਹਾ ਹੁੰਦਾ ਕਿ ਨੀਨਾ ਮਾਰੀ ਜਾਵੇ ਉਸ ਵਿਛੜੀ ਨੂੰ ਨੇ ਕਿਸ ਤਰੀਕੇ ਨਾਲ ਆਪਦੇ ਸਵਾਸਾ ਰੂਪੀ ਪੂੰਜੀ ਨੂੰ ਖਰਚ ਕੀਤਾ। ਇੱਕ ਦੋ ਗੱਲਾਂ ਪਰਿਵਾਰਿਕ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਅਜੇ ਕਬੀਲਦਾਰੀ ਨਜਿੱਠਣੀ ਮੈਂ ਵੀ ਲੈਂਦੀ ਸੀ। ਬਹੁਤ ਵੱਡੀ ਸੱਟ ਹੈ ਪਰਿਵਾਰ ਨੂੰ, ਪਰ ਜਿਸਾ ਕੁਰਸਾ ਨਾ ਹੀ ਚਾਰਾ ਸਭ ਕੋ ਕੀ ਜਾ ਸਦ ਨਮਸਕਾਰਾ। ਕੋਈ ਗੁਰੂ ਅੱਗੇ ਕਿਸੇ ਦੀ ਕੋਈ ਚੱਲਦੀ ਨਹੀਂ, ਬਾਕੀ ਉਹਨਾਂ ਦੀ ਆਪ ਦੀ ਲਾਈਫ ਜਦੋਂ ਦੇ ਇੱਥੇ ਆਏ ਨੇ ਆਤਮਾ ਰਜਿਸਟ੍ਰੇਸ਼ਨ ਦੇ ਵਿੱਚ। ਇਸ ਪਰਿਵਾਰ ਨੇ ਮੇਰਾ ਮੂਮਨ ਕੰਮ ਮੰਗਦਿਆਂ ਜਾਂ ਗੁਰੂ ਘਰ ਦਾ ਆਹ ਬਣਾਉਣਾ ਆਹ ਬਣਾਉਣਾ ਜੀ, ਜਿੱਥੇ ਜਿੱਥੋਂ ਆ ਸੀ ਜਦੋਂ ਵੀ ਗਿਆ ਕਦੇ ਵੀ ਇਹਨਾਂ ਨੇ ਮੱਥੇ ਵੱਟ ਨਹੀਂ ਪਾਏ। ਫਿਰ ਸਭ ਤੋਂ ਵੱਡੀ ਗੱਲ ਜਿਹੜੀ ਨੇ ਜੀ, ਮੈਨੂੰ ਉਹਨਾਂ ਦੀ ਪਸੰਦ ਸੀ, ਗੁਰੂ ਘਰ ਜਾਂਦੇ ਸੀ ਤੇ ਇਹਨਾਂ ਨੂੰ ਜਦੋਂ ਕੋਈ ਕਮੀ ਪੇਸ਼ੀ ਵੇਖਣੀ ਮੈਨੂੰ ਡਾਇਰੈਕਟ ਨਹੀਂ ਸੀ ਕਹਿੰਦੇ। ਇਹਨਾਂ ਦਾ ਬਹੁਤ ਪਿਆਰ ਸੀ ਬੀਬੀ ਸਰਬਜੀਤ ਕੌਰ ਗਿੱਲ ਨਾਲ, ਉਹਨਾਂ ਨੂੰ ਕਹਿਣਾ। ਉਹ ਮੇਰੀ ਭੈਣ ਨੇ ਜੇ ਕੋਈ ਛੋਟੀ ਗੱਲ ਹੋਈ ਆਰਾਮ ਨਾਲ ਕਹਿੰਦੀ, ਮੇਰੇ ਕੰਨ ਵੀ ਮਰੋੜਦੇ ਨੇ। ਦੀਦੀ ਜੀ ਭੈਣ ਜੀ ਆਏ ਕਹਿੰਦੇ ਸੀ ਇਹ ਕੰਮ ਉੱਥੇ ਐ ਨਹੀਂ, ਐ ਠੀਕ ਕਰਾਓ। ਤਾਂ ਬਹੁਤ ਘੱਟ ਸੱਜਣ ਹੁੰਦੇ ਨੇ ਜਿਹੜੇ ਕੋਈ ਕਮੀ ਵੇਖ ਕੇ ਉਹਨੂੰ ਸੁਧਾਰਨ ਵਾਸਤੇ ਵੀ ਅੱਗੋਂ ਕਹਿ ਦਿੰਦੇ ਨੇ। ਸਾਡੇ ਤਾਂ ਬਹੁਤ ਸਤਿਕਾਰਯੋਗ ਸੀ, ਬਹੁਤ ਜ਼ਿਆਦਾ ਇਸ ਗੱਲ ਦਾ ਕਿ ਅਜੇ ਕਬੀਲਦਾਰੀ ਨਹੀਂ ਜਿੱਠਣੀ ਸੀ। ਕਬੀਲਦਾਰੀ ਸਤਿਕਾਰ ਹੈ ਸਮਾਜ ਦੇ ਵਿੱਚ, ਇਲਾਕੇ ਵਿੱਚ, ਵੈਸੇ ਪੂਰੇ ਸ਼ਹਿਰ 'ਚ ਇਹਨਾਂ ਦੀ ਜੋ ਨੇਕ ਨੀਤੀ ਅਤੇ ਬਹੁਤ ਜ਼ਿਆਦਾ ਸ਼ਰੀਫ ਇਨਸਾਨ ਵਜੋਂ ਹੈ। ਪਰ ਗੱਲ ਅਖੀਰ 'ਤੇ ਹੀ ਆ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਅੱਗੇ ਬੇਨਤੀ ਇਹੀ ਕਰਨੀ ਹੈ। ਸਰਿੰਦਰਜੀਤ ਸਿੰਘ ਗਿੱਲ ਵੀ ਆਏ ਨੇ, ਬੀਬੀ ਸਰਬਜੀਤ ਕੌਰ ਗਿੱਲ ਵੀ ਆਏ ਨੇ, ਪਰ ਮੈਨੂੰ ਹੁਕਮ ਹੈ ਟਾਈਮ ਦੀ ਕਮੀ ਹੈ, ਇਹਨਾਂ ਦੀ ਹਾਜ਼ਰੀ ਲਵਾ ਦੇਣੀ ਹੈ। ਬਸ ਆਪਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਕਰਤਾਰ ਨਗਰ ਜਿੱਥੋਂ ਦੇ ਚੇਅਰਮੈਨ ਨੇ ਸਰਿੰਦਰਜੀਤ ਸਿੰਘ ਜੀ ਗਿੱਲ, ਸਾਰਿਆਂ ਵੱਲੋਂ ਅਸੀਂ ਬੇਨਤੀ ਤੇ ਹੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਉਹ ਪਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ। ਤਾਂ ਸਰਿੰਦਰ ਸਿੰਘ ਗਿੱਲ ਨੂੰ ਹੁਕਮ ਹੋਇਆ ਸੀ ਕਿ ਤੁਸੀਂ ਕਹੋ, ਉਹਨਾਂ ਨੇ ਕਹਿੰਦੇ ਟਾਈਮ ਘੱਟਾ, ਤੁਸੀਂ ਕਹਿ ਦਿਓ ਜਿੰਨੇ ਸੱਜਣ ਮਿੱਤਰ ਰਿਸ਼ਤੇਦਾਰ ਨੇੜੇ ਦੂਰੋਂ ਜਿਹਨਾਂ ਨੇ ਇੱਕ ਉਦਮ ਕਰਕੇ ਸਾਰੇ ਆਏ ਸੱਜਣਾਂ ਦਾ, ਤੁਹਾਡਾ ਇੱਕ ਇੱਕ ਕਦਮ ਚੱਲ ਗਿਆ ਪਰਿਵਾਰ ਦੇ ਸਿਰ ਮੱਥੇ,
परिवार तुहाडा ऋणी रहेगा। तुसीं इस दुख की घड़ी विच मोढ़े नाल मोढ़ा ला के दुख बनाउण की कोशिश की है। सो मैं जिथे अपने वालों उत्थे समूह वार्ड नंबर 49 श्रोमणी अकाली दल वालों जी आया कह जिथे तुहानूं जी आया कहना उत्थे धन्नवाद भी करदा हां ते बेनती करदा हां कि बाद लंगर चल रहा है जिहदे सज्जणां ने लंगर नहीं छकिया लंगर छक के जाण, इन्हां ने लंगर छक लिया देख लैण, उपरंत चाह का लंगर जरूर छक के जाण। इस तरह कहिंदे होए एक वारी फिर समूह साध संगत दा कोटां कोट धन्नवाद। वाहेगुरु जी का खालसा वाहेगुरु जी की फतेह।